ਰੇਡੀਓ ਚੰਨ ਪ੍ਰਦੇਸੀ ਦੇ ਮਾਣ ਮੱਥੇ ਸਰੋਤਿਓ, ਸਵਾਗਤ ਕਰਦੇ ਹਾਂ ਤੁਹਾਡਾ ਰੇਡੀਓ ਚੰਨ ਪ੍ਰਦੇਸੀ ਦੀ ਪੰਜਾਬੀ ਸੱਤ ਵਿੱਚ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਸਰਵਣ ਸਿੰਘ ਚੌਹਾਣਾ, ਅਮੈਰੀਕਾ ਦੀ ਖੂਬਸੂਰਤ ਸਿਟੀ ਸ਼ਿਕਾਗੋ ਤੋਂ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਜਿਵੇਂ ਕਿ ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ, ਕਈ ਕੁਝ ਗੱਲਾਂ ਕਰੀਆਂ ਜਾਣਗੀਆਂ ਅੱਜ। ਖਾਸ ਕਰਕੇ ਜਿਹੜੀ ਅੱਜ ਦੀ ਗੱਲ ਹੈ ਉਹ ਇੰਡੀਆ ਦੇ ਨਾਲ ਸੰਬੰਧਿਤ ਜ਼ਿਆਦਾ ਹੋਊਗੀ, ਕਿਉਂਕਿ ਇੰਡੀਆ ਦੇ ਵਿੱਚ ਸੋਮਵਾਰ ਤੋਂ, ਜਾਣੀ ਕੱਲ੍ਹ ਤੋਂ, ਅੱਜ ਸਾਡੇ ਕੋਲ ਮੰਗਲਵਾਰ ਹੋ ਗਿਆ, ਅੱਜ ਭਾਰਤ ਵਿੱਚ ਬੁੱਧਵਾਰ ਹੋਣ ਵਾਲਾ, ਚੜ੍ਹਨ ਵਾਲਾ, ਚੜ੍ਹ ਗਿਆ ਅਤੇ ਤੀਜਾ ਦਿਨ ਹੋ ਸ਼ੁਰੂ ਹੋ ਗਿਆ ਬਜਟ ਸੈਸ਼ਨ ਦਾ। ਬੜਾ ਕੁਛ ਹੋਇਆ ਬਜਟ ਦੇ ਵਿੱਚ, ਪਰ ਕਹਿੰਦੇ ਨੇ ਕਿ ਹਕੀਕਤ ਉੱਤੇ ਪਰਦਾ ਪਾਉਣ ਨਾਲ ਸੱਚ ਲੁਕਦਾ ਨਹੀਂ ਹੁੰਦਾ। ਚਾਰਲਸ ਬੁਕੋਸਬਿਸਕੀ ਨੇ ਇਹ ਗੱਲ ਕਹੀ ਹੈ, ਬੜੇ ਤਕੜੇ ਰਾਈਟਰ ਨੇ, ਬੁੱਧੀਮਾਨ ਨੇ। ਬੜਾ ਕੁਛ ਹੋਇਆ ਬਜਟ ਦੇ ਵਿੱਚ, ਕੀ ਹੋਇਆ ਕੀ ਨਹੀਂ ਹੋਇਆ, ਆਮ ਜਿਹੜੀ ਜਨਤਾ ਹੈ, ਆਮ ਜਿਹੜੇ ਲੋਕ ਨੇ, ਸਵੇਰੇ ਉੱਠ ਕੇ ਜਦੋਂ ਅਖਬਾਰ ਪੜ੍ਹਦੇ ਨੇ, ਹਰ ਇੱਕ ਬੰਦਾ ਤਕਰੀਬਨ 95%, ਮੈਂ ਤਾਂ ਇਹ ਕਹੂੰਗਾ 98-99% ਲੋਕ ਇਹ ਦੇਖ ਰਹੇ ਸੀ, ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਸ ਵਾਰੀ ਭਾਰਤੀ ਬਜਟ ਦੇ ਵਿੱਚ ਸੀਤਾਰਮਨ ਕੀ ਪੇਸ਼ ਕਰੂਗੀ, ਉਹਦੀ ਪਟਾਰੀ ਚੋਂ ਕੀ ਨਿਕਲੂਗਾ, ਕਿਹੜੇ ਸੂਬੇ ਨੂੰ ਕਈਆਂ ਸਹੂਲਤਾਂ ਮਿਲਣਗੀਆਂ, ਕਿਸ ਸੂਬੇ ਨੂੰ ਕਿੰਨੇ ਵੱਡੇ ਪੈਕੇਜ ਮਿਲਣਗੇ, ਖੇਤੀ ਦੇ ਲਈ ਬਜਟ ਕਿੰਨਾ ਕੁ ਵਧੀਆ ਹੋਊਗਾ, ਰੁਜ਼ਗਾਰ ਦੇ ਸਾਧਨ ਕਿੰਨੇ ਕੁ ਰੱਖੇ ਗਏ ਨੇ, ਦੇਸ਼ ਦੀ ਤਰੱਕੀ ਦੇ ਵਾਸਤੇ ਸਿਹਤ ਸੰਭਾਲ ਦੇ ਲਈ ਕੀ ਗੱਲਾਂ ਬਜਟ ਦੇ ਵਿੱਚ ਹੋਣਗੀਆਂ, ਕੀ ਘਾਟਾ ਕੀ ਵਾਧਾ, ਬਹੁਤ ਕੁਛ ਹੋਊਗਾ ਇਸ ਬਜਟ ਦੇ ਵਿੱਚ। ਪਰ ਦੋਸਤੋ, ਤੁਹਾਡੀਆਂ ਨਜ਼ਰਾਂ ਅਖਬਾਰਾਂ ਦੀਆਂ ਸੁਰਖੀਆਂ 'ਤੇ ਜਾ ਕੇ ਟਿਕ ਗਈਆਂ ਜਾਂ ਫਿਰ ਇੰਡੀਅਨ ਮੀਡੀਆ ਦੇ ਉੱਤੇ, ਚਾਹੇ ਉਹ ਪੰਜਾਬੀ ਮੀਡੀਆ ਹੈ ਚਾਹੇ ਉਹ ਹਿੰਦੀ ਮੀਡੀਆ, ਉਹਦੇ ਰਾਹੀਂ ਜੋ ਉਸ ਮੀਡੀਆ ਦੇ ਉੱਤੇ ਪਰੋਸਿਆ ਗਿਆ, ਬੋਲਿਆ ਗਿਆ, ਤੁਹਾਡੇ ਕੰਨਾਂ ਨੇ ਉਹ ਸੁਣ ਲਿਆ, ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਵੜ ਗਈ, ਤੁਸੀਂ ਇੱਕੋ ਹੀ ਗੱਲ ਰਟੀ ਜਾਣੀ ਹੈ, ਇੱਕੋ ਗੱਲ ਰਟੀ ਜਾਣੀ ਹੈ ਜੋ ਮੀਡੀਆ ਕਹਿੰਦਾ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 7ਵੀਂ ਵਾਰ ਕੇਂਦਰੀ ਬਜਟ ਪੇਸ਼ ਕਰਿਆ ਹੈ, ਕਹਿੰਦੇ ਸਾਡੇ ਤਾਂ ਹਿੱਸੇ ਕੁਛ ਵੀ ਨਹੀਂ ਆਇਆ, ਆਂਧਰਾ ਬਿਹਾਰ ਦੇ ਲਈ ਸਾਰਾ ਕੁਛ, ਪੰਜਾਬ ਅਤੇ ਬੰਗਾਲ ਖਾਲੀ ਹੱਥ। ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਦੇਖ ਕੇ
ਭਾਰਤ ਸਰਕਾਰ ਦੇ ਬਜਟ ਤੋਂ ਇਹ ਅੰਦਾਜ਼ਾ ਲਾਉਂਦੇ ਹੋ ਕਿ ਭਾਰਤ ਬਹੁਤ ਤਰੱਕੀਆਂ 'ਤੇ ਹੈ, ਸੂਬੇ ਬੜੀਆਂ ਤਰੱਕੀਆਂ 'ਤੇ ਨੇ। ਵੱਖਰੀ ਗੱਲ ਹੈ ਕਿ ਐੱਨ ਡੀ ਏ ਦੀ ਭਾਈਵਾਲ ਜਿਹੜੀ ਸਰਕਾਰ, ਮੋਦੀ ਸਰਕਾਰ ਹੈ, ਉਹ ਆਪਣੇ ਭਾਈਵਾਲਾਂ ਨੂੰ ਹੀ ਗੱਫੇ ਦਿੰਦੀ ਹੈ, ਬਾਕੀਆਂ ਨੂੰ ਕੁਛ ਨਹੀਂ ਦਿੰਦੀ। ਤੁਹਾਡਾ ਵਹਿਮ ਹੈ। ਝੋਟਿਆਂ ਦੇ ਘਰੋਂ ਲੱਸੀਆਂ ਭਾਲਦੇ ਹੋ ਤੁਸੀਂ, ਤੁਹਾਨੂੰ ਲੱਗਦਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਸਰਕਾਰ ਬੀਜੇਪੀ ਦੀ ਹੋਵੇ, ਭਾਈਵਾਲਾਂ ਦੀ ਹੋਵੇ, ਜਾਂ ਦੂਜੇ ਕਿਸੇ ਸਟੇਟਾਂ ਦੇ ਵਿੱਚ ਨਤੀਸ਼ ਕੁਮਾਰ ਦੀ ਹੋਵੇ, ਚੰਦਰਬਾਬੂ ਨਾਇਡੂ ਦੀ ਹੋਵੇ, ਜਾਂ ਭਗਵੰਤ ਮਾਨ ਦੀ ਹੋਵੇ, ਕਿ ਆਪਣੇ ਸੂਬਿਆਂ ਨੂੰ ਕੁਛ ਦਊ? ਕੋਈ ਨਹੀਂ ਦਿੰਦਾ। ਵਹਿਮ ਹੈ ਤੁਹਾਨੂੰ। ਮੈਂ ਪਹਿਲਾਂ ਹੀ ਕਹਿਤਾ ਕਿ ਤੁਸੀਂ ਝੋਟਿਆਂ ਦੇ ਘਰੋਂ ਲੱਸੀਆਂ ਪਾਲਦੇ ਹੋ। ਇਹ ਆਪਣੀਆਂ ਕੁਰਸੀਆਂ ਬਚਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰਦੇ, ਮੈਂ ਇਸ ਗੱਲ ਦੀ ਗਰੰਟੀ ਕਰਦਾ ਤੁਹਾਡੇ ਨਾਲ। ਮੈਂ ਚਾਹੂੰਗਾ ਤੁਸੀਂ ਆਪਣੇ ਵਿਚਾਰ ਪੇਸ਼ ਕਰਿਓ, ਪਹਿਲਾਂ ਮੇਰੀ ਗੱਲ ਸੁਣ ਲਓ, ਉਦੋਂ ਤੱਕ ਮੈਂ ਕਾਲ ਨਹੀਂ ਲਵਾਂਗਾ। ਦੋਸਤੋ, ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ, ਬਜਟ ਪੇਸ਼ ਕਰਨਾ ਉਹਨਾਂ ਦਾ ਫਰਜ਼, ਪਰ ਬਜਟ ਤੋਂ ਪਹਿਲਾਂ ਕੀ ਹੋਇਆ ਮੈਂ ਉਹ ਦੱਸਦਾ, ਫਿਰ ਮੈਂ ਦੱਸੂੰਗਾ ਕਿ ਬਜਟ ਸੀਤਾਰਮਨ ਨੇ ਪੇਸ਼ ਕਰਿਆ, ਬਜਟ ਦੇ ਵਿੱਚ ਕੀ ਹੈ, ਕਿਹਨੂੰ ਕੀ ਮਿਲਿਆ, ਕਿਹਨੂੰ ਕੀ ਨਹੀਂ ਮਿਲਿਆ, ਜਾਂ ਕਿਹਨੂੰ ਕੀ ਨਹੀਂ ਮਿਲੂਗਾ, ਇਹ ਤੁਹਾਡੇ ਅੱਗੇ ਰੱਖਣ ਦੀ ਮੈਂ ਕੋਸ਼ਿਸ਼ ਕਰੂੰਗਾ। ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਮਾਫ਼ ਕਰ ਦੇਣਾ, ਪਹਿਲਾਂ ਕਹਿ ਦਿੰਦਾ ਕਿ ਮੈਂ ਕੋਈ ਅਰਥ ਸ਼ਾਸਤਰੀ ਨਹੀਂ ਹੈਗਾ, ਮੈਂ ਕੋਈ ਬਹੁਤ ਵੱਡਾ ਬ੍ਰੌਡਕਾਸਟਰ ਨਹੀਂ ਹੈਗਾ, ਪਰ ਮੈਂ ਜਦੋਂ ਵੀ ਪ੍ਰੋਗਰਾਮ 'ਤੇ ਬੈਠਣ ਤੋਂ ਪਹਿਲਾਂ ਕੋਸ਼ਿਸ਼ ਕਰਦਾ ਉਹਦੇ ਡੰਘਾਈ 'ਚ ਜਾਣ ਦੀ, ਇੱਕ ਦੋ ਘੰਟੇ ਤਿੰਨ ਘੰਟੇ ਲਾ ਕੇ ਕੋਸ਼ਿਸ਼ ਕਰਦਾ ਜਾਣਨ ਦੀ ਉਹਦੇ ਪਿੱਛੇ ਹੈ ਕੀ ਗੱਲ ਹੈ, ਉਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਗਲਤ ਵੀ ਹੋ ਸਕਦਾ ਉਹਦੇ ਵਿੱਚ। ਚਲੋ ਸ਼ੁਰੂ ਕਰ ਲੈਂਦੇ ਹਾਂ। ਬਜਟ ਤੋਂ ਪਹਿਲਾਂ ਕੀ ਹੁੰਦਾ ਹੁੰਦਾ? ਸਭ ਤੋਂ ਪਹਿਲਾਂ ਬਜਟ ਦੇ ਵਿੱਚ ਜਦੋਂ ਬਜਟ ਸੈਸ਼ਨ ਹੁੰਦਾ ਤਾਂ ਸਰਕਾਰ ਦੇ ਵੱਲੋਂ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈ, ਅਗਰ ਤਾਂ ਉਹਨਾਂ ਦਾ ਪੂਰਨ ਬਹੁਮਤ ਲੋਕ ਸਭਾ ਦੇ ਵਿੱਚ ਹੈਗਾ, ਫਿਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਨੂੰ ਪੁੱਛਦੇ ਨਹੀਂ, ਕਿਸੇ ਨੂੰ ਗਿਣਦੇ ਨਹੀਂ, ਆਪਣੀ ਮਰਜ਼ੀ ਦੇ ਨਾਲ ਬਜਟ ਪੇਸ਼ ਕਰਦੇ ਨੇ, ਜੋ ਕਹਿੰਦੇ ਨੇ ਉਹੀ ਲੋਕ ਮੰਨ ਲੈਂਦੇ ਨੇ। ਪਰ ਜਦੋਂ ਇੱਕ ਲਾਂਗੜੀ ਸਰਕਾਰ ਹੋਵੇ, ਦੂਜਿਆਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਚੱਲਣ ਵਾਲੀ ਸਰਕਾਰ ਹੋਵੇ, ਫਿਰ ਉਹਨੂੰ ਸਹਿਯੋਗੀ ਜਿਹੜੀਆਂ ਪਾਰਟੀਆਂ ਨੇ
ਉਹਨਾਂ ਦੇ ਨਾਲ ਮੀਟਿੰਗ ਕਰਨੀ ਪੈਂਦੀ। ਜੇ ਕਈ ਵਾਰੀ ਸਹਿਯੋਗੀਆਂ ਤੋਂ ਵੀ ਖਤਰਾ ਹੋਵੇ ਫਿਰ ਵਿਰੋਧੀਆਂ ਦੇ ਦਿਲਾਂ ਨੂੰ ਸਮਝਣ ਦੇ ਲਈ ਵੀ ਕੋਈ ਵੱਡਾ ਪੰਗਾ ਨਾ ਪਵੇ ਸੈਸ਼ਨ ਦੇ ਵਿੱਚ, ਉਹਨਾਂ ਦੇ ਨਾਲ ਇੱਕ ਆਲ ਪਾਰਟੀ ਮੀਟਿੰਗ ਕੀਤੀ ਜਾਂਦੀ ਹੈ। ਇਸ ਵਾਰੀ ਵੀ ਜਿਹੜੀ ਕਿ ਬੀਜੇਪੀ ਸਰਕਾਰ ਖਾਸ ਕਰਕੇ ਗੁਜਰਾਤੀ ਜੋੜੀ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਜੀ ਦੀ ਬਣੀ ਹੋਈ ਹੈ, ਜਿਹੜੇ ਕਹਿੰਦੇ ਸੀ ਇਸ ਕੀ ਵਾਰ 400 ਸੇ ਪਾਰ, ਉਹ 240 'ਤੇ ਆ ਕੇ ਸਿਮਟ ਗਏ। ਸਹਾਰਾ ਬਣੇ ਹੋਈਆਂ ਨੇ NDA ਦੀਆਂ ਸਹਿਯੋਗੀ ਜਥੇਬੰਦੀਆਂ, ਮੈਨੂੰ ਜਥੇਬੰਦੀਆਂ ਕਹੂੰਗਾ, ਕੋਈ ਵੱਡੀ ਪਾਰਟੀ ਤਾਂ ਕੋਈ ਹੈ ਨਹੀਂ। ਉਹਨਾਂ ਦੇ ਨਾਲ ਜਿਸ ਤਰੀਕੇ ਦੀ ਗੱਲਬਾਤ ਹੋਈ ਹੋਣੀ ਇਹ ਤਾਂ ਨਹੀਂ ਸਾਹਮਣੇ ਆਈ ਅਜੇ, ਪਰ ਇੱਕ ਗੱਲ ਜ਼ਰੂਰ ਆਈ ਹੈ ਕਿ ਜਦੋਂ ਆਲ ਪਾਰਟੀ ਮੀਟਿੰਗ ਰੱਖੀ ਗਈ ਭਾਰਤ ਸਰਕਾਰ ਦੇ ਵੱਲੋਂ, ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵੀ ਉਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ। ਉਸ ਮੀਟਿੰਗ ਦੇ ਵਿੱਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਾਜ਼ਰ ਨਹੀਂ ਹੋਏ। ਉਸ ਮੀਟਿੰਗ ਦੇ ਵਿੱਚ ਚਾਣਕੀਆ, ਬੀਜੇਪੀ ਦੇ ਚਾਣਕੀਆ ਜਿਹੜਿਆਂ ਦੇ ਇਸ਼ਾਰੇ 'ਤੇ ਸਾਰੀ ਬੀਜੇਪੀ ਨੱਚਦੀ ਹੈ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰਦੇ ਨੇ, ਅਮਿਤ ਸ਼ਾਹ ਜੀ ਉਹ ਹਾਜ਼ਰ ਨਹੀਂ ਹੋਏ। ਆਲ ਪਾਰਟੀ ਮੀਟਿੰਗ ਦੇ ਵਿੱਚ ਸਿਰਫ ਅਤੇ ਸਿਰਫ ਪੁਰਾਣੇ ਲੀਡਰਾਂ ਦੇ ਵਿੱਚੋਂ ਰਾਜਨਾਥ ਸਿੰਘ ਨੂੰ ਹਾਜ਼ਰ ਹੋਣਾ ਪਿਆ, ਕਿਉਂਕਿ ਲੱਗ ਰਿਹਾ ਸੀ ਕਿ ਗੜਬੜ ਹੋਊਗੀ। ਵਿਰੋਧੀ ਪਾਰਟੀਆਂ ਇੱਕ ਮੁੱਠ ਨੇ, ਇੰਡੀਆ ਗੱਠਜੋੜ ਦੇ ਝੰਡੇ ਦੇ ਥੱਲੇ ਇੱਕ ਮੱਤ ਹੈ ਉਹਨਾਂ ਦੀ, ਉਹ ਕੁਛ ਵੀ ਕਰ ਸਕਦੇ ਨੇ। ਰਾਜਨਾਥ ਸਿੰਘ ਆਲ ਪਾਰਟੀ ਮੀਟਿੰਗ ਦੇ ਵਿੱਚ ਆਉਂਦੇ ਨੇ, ਗੱਲਾਂ ਸੁਣਦੇ ਨੇ ਸਾਰਿਆਂ ਦੀਆਂ, ਹਰ ਇੱਕ ਪਾਰਟੀ ਦੇ ਲੀਡਰ ਆਪਣਾ ਆਪਣਾ ਬਿਆਨ ਰੱਖਦੇ ਨੇ ਕਿ ਇਸ ਸੈਸ਼ਨ ਦੇ ਵਿੱਚ ਕਿਹੜੀਆਂ ਗੱਲਾਂ ਨੂੰ ਤਰਜੀਹ ਮਿਲਣੀ ਚਾਹੀਦੀ, ਕਿਹੜੀਆਂ ਨੂੰ ਨਹੀਂ ਮਿਲਣੀ ਚਾਹੀਦੀ। ਪਰ ਰਾਜਨਾਥ ਸਿੰਘ ਦੇ ਹੱਥ ਵੱਸ ਕੁਛ ਨਹੀਂ ਸੀ, ਠੀਕ ਹੈ ਜੀ ਕੋਸ਼ਿਸ਼ ਕਰਾਂਗੇ। ਨਾਲ ਦੀ ਨਾਲ ਹੀ ਸਿਆਸਤ ਗਰਮਾਈ ਹੋਈ ਹੈ। ਮੈਂ ਕੱਲ੍ਹ ਇੱਕ ਗੱਲ ਤੁਹਾਡੇ ਸਾਹਮਣੇ ਰੱਖੀ ਸੀ ਕਿ ਨਵੰਬਰ ਦੇ ਵਿੱਚ 3 ਸੂਬਿਆਂ ਦੀ ਇਲੈਕਸ਼ਨ, ਜਿਹਦੇ ਵਿੱਚ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ, ਅਤੇ ਉਸ ਤੋਂ ਇਲਾਵਾ UP ਦੀਆਂ 10 ਸੀਟਾਂ ਦੇ ਉੱਤੇ ਜ਼ਮੀਨੀ ਚੋਣਾਂ ਅਤੇ ਹੋਰ ਕਈ ਜਗ੍ਹਾ ਦੇ ਉੱਤੇ ਜ਼ਮੀਨੀ ਚੋਣ। ਉਹਦੇ ਤਹਿਤ ਅਮਿਤ ਸ਼ਾਹ ਜੀ ਪਿਛਲੇ ਹਫ਼ਤੇ ਹਰਿਆਣੇ ਦੇ ਵਿੱਚ ਮੀਟਿੰਗ ਕਰਕੇ ਆਏ ਨੇ BJP ਲੀਡਰਾਂ ਦੇ ਨਾਲ। ਉਸ ਤੋਂ ਇਲਾਵਾ
ਮਹਾਰਾਸ਼ਟਰ ਦੇ ਵਿੱਚ ਉਹ ਮੀਟਿੰਗ ਦੇ ਵਿੱਚ ਹਾਜ਼ਰ ਸੀ ਜਦੋਂ ਕਿ ਆਲ ਪਾਰਟੀ ਮੀਟਿੰਗ ਹੋ ਰਹੀ ਸੀ। ਅਤੇ ਕੱਲ੍ਹ ਨੂੰ ਕੀ ਹੋਊਗਾ ਇਹ ਬਾਰੇ ਪਤਾ ਨਹੀਂ, ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਯੂਪੀ ਦੇ ਵਿੱਚੋਂ ਆਪਣੇ ਹੀ ਨੇਤਾਵਾਂ ਦੇ ਕੋਲੋਂ ਮੂੰਹ ਦੀ ਖਾਣੀ ਪੈ ਰਹੀ ਹੈ, ਉਹ ਸ਼ਾਇਦ ਅਜਿਹਾ ਸਮਾਂ ਕਦੇ ਵੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਚ ਕਦੇ ਨਹੀਂ ਆਇਆ। ਨਰਿੰਦਰ ਮੋਦੀ ਜੀ ਪਹਿਲੇ ਦਿਨ ਤੋਂ ਹੀ ਇੱਕ ਗੱਲ ਦੇ ਉੱਤੇ ਵਿਸ਼ਵਾਸ ਰੱਖਦੇ ਨੇ ਕਿ ਜੋ ਹੈ ਉਹ ਮੈਂ ਹਾਂ, ਮੇਰੇ ਤੋਂ ਵੱਡਾ ਕੋਈ ਨਹੀਂ, ਮੈਂ ਜੋ ਕਹਾਂ ਉਹੀ ਸਭ ਕੁਝ ਠੀਕ ਹੈ। ਨਰਿੰਦਰ ਮੋਦੀ ਜੀ ਦੀ ਵਿਆਹ ਦੀ ਗੱਲ ਲੈ ਲਓ, ਉਹਨੇ ਫਿਰ ਉੱਥੇ ਵੀ ਉਹੀ ਕੁਛ ਕੀਤਾ, ਮੈਂ ਸਿਰਫ ਮੈਂ, ਬਾਕੀ ਸਭ ਖਤਮ। ਉਹਦੀ ਪਰਸਨਲ ਲਾਈਫ ਹੈ, ਉਹਦੇ ਵਿੱਚ ਅਸੀਂ ਜਾਣਾ ਨਹੀਂ ਚਾਹੁੰਦੇ। ਨਰਿੰਦਰ ਮੋਦੀ ਜੀ ਨੇ ਪਿਛਲੇ ਸਮਿਆਂ ਦੇ ਵਿੱਚ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹ ਵੀ ਬਿਆਨ ਦੇ ਦਿੱਤਾ ਸੀ ਕਿ ਮੈਂ ਆਮ ਬੰਦਾ ਨਹੀਂ, ਬਾਇਓਲੋਜੀਕਲ ਮੈਂ ਬੰਦਾ ਨਹੀਂ ਹੈਗਾ, ਮੈਂ ਬਾਇਓਲੋਜੀਕਲ ਨਹੀਂ ਹੈਗਾ, ਮੈਂ ਤਾਂ ਭਗਵਾਨ ਦੇ ਵੱਲੋਂ ਛੱਡਿਆ ਹੋਇਆ ਇੱਕ ਦੂਤ ਹੈ, ਸੋ ਮੈਂ ਜੋ ਵੀ ਕਰਦਾ ਉਹ ਦੂਤ ਹੈ ਭਗਵਾਨ ਦਾ, ਅਤੇ ਫਿਰ ਮੈਂ ਭਗਵਾਨ ਹੀ ਹੈ, ਮੈਂ ਤੁਹਾਡੇ ਵਰਗਾ ਨਹੀਂ ਹੈਗਾ। ਅਤੇ ਉਹਨੇ ਇਹ ਵੀ ਕਹਿ ਦਿੱਤਾ ਸੀ, ਖਾਸ ਕਰਕੇ ਅਮਿਤ ਸ਼ਾਹ ਜੀ ਨੇ, ਕਿ ਆਉਣ ਵਾਲੇ 30 ਸਾਲ 2047 ਤੱਕ ਬੀਜੇਪੀ ਦੀ ਸਰਕਾਰ ਰਹੂਗੀ। ਕੋਈ ਮਾਂ ਦਾ ਪੁੱਤ ਸਾਨੂੰ ਸਰਕਾਰ ਬਣਾਉਣ ਤੋਂ ਰੋਕ ਨਹੀਂ ਸਕਦਾ, ਪਰ ਅੰਦਰ ਖਾਤੇ ਜੋ ਕੁਛ ਯੂਪੀ ਦੇ ਮੁੱਖ ਮੰਤਰੀ ਆਦਿਤਿਆਨਾਥ ਜੋਗੀ ਜੀ ਕਰ ਰਹੇ ਸੀ, ਸ਼ਾਇਦ ਇਹਨਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ। ਜਿਸ ਆਦਿਤਿਆਨਾਥ ਜੋਗੀ ਜੀ ਨੂੰ ਪ੍ਰਧਾਨ ਮੰਤਰੀ ਦਾ ਫੋਨ ਜਾਂਦਾ ਸੀ ਕਿ ਜੋਗੀ ਜੀ ਅਗਰ ਮੁੱਖ ਮੰਤਰੀ ਰਹਿਣਾ ਤਾਂ 2 ਉਪ ਮੁੱਖ ਮੰਤਰੀ ਤੈਨੂੰ ਲੈਣੇ ਪੈਣਗੇ, ਜੋਗੀ ਆਦਿਤਿਆਨਾਥ ਨੇ 2 ਉਪ ਮੁੱਖ ਮੰਤਰੀ ਬਣਾ ਦਿੱਤੇ। ਫਿਰ ਜੇ ਕਿਹਾ ਕਿ ਜੋਗੀ ਜੀ ਤੈਨੂੰ ਆਪਣੀ ਕੈਬਨਿਟ ਦੇ ਵਿੱਚ ਕਿਹੜੇ ਕਿਹੜੇ ਮੰਤਰੀ ਲੈਣੇ ਪੈਣਗੇ, ਜੋਗੀ ਜੀ ਨੂੰ ਲੈਣੇ ਪੈ ਗਏ। ਜੋਗੀ ਜੀ ਚੁੱਪ ਚਪੀਤੇ ਕੰਮ ਕਰੀ ਗਏ ਅਤੇ ਯੂਪੀ ਦੇ ਵਾਸਤੇ ਜਿਹੜੇ ਪੈਕੇਜ ਨੇ ਉਹ ਲੈਣੇ ਸੀ ਉਹ ਵੀ ਲੈਂਦੇ ਗਏ, ਪਰ ਆਪਣਾ ਨਿਸ਼ਾਨਾ ਸਿੱਧਾ ਸਿੱਧਾ ਹਿੰਦੂਤਵ 'ਤੇ ਰੱਖਿਆ, ਰਾਮ ਮੰਦਰ ਬਣਾ ਲਿਆ, ਹੋਰ ਬੜਾ ਕੁਛ ਕਰ ਲਿਆ, ਅਤੇ ਆਪਣੀ ਚਾਲ ਦੇ ਨਾਲ ਜਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਹਿੰਦੂਤਵ ਦਾ ਪੱਤਾ ਖੇਡਿਆ ਉਹਦੇ ਵਿੱਚ ਜੋਗੀ ਜੀ ਕਾਮਯਾਬ ਹੋਏ, ਭਾਵੇਂ ਬੁਲਡੋਜ਼ਰ ਜਿਹੜਾ ਕਿ ਇੱਕ ਐਕਟ ਦੇ ਰਾਹੀਂ ਹੋਰ ਕਈ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ, ਵੱਡੇ ਵੱਡੇ ਕਈ ਕਹਿੰਦੇ ਕਹਾਉਂਦੇ ਖੂੰਖਾਰ ਮੈਂ ਇਹ ਕਹੂੰਗਾ ਗੈਂਗਸਟਰ, ਉਹਨਾਂ ਨੂੰ ਵੀ ਦਬਾਇਆ, ਪੁਲਿਸ ਮੁਕਾਬਲੇ ਕਰੇ, ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ। ਅੱਜ ਉਹ ਜੋਗੀ
ਇੰਨਾ ਵੱਡਾ ਹੋ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਦਾ ਫੋਨ ਵੀ ਚੱਕਣ ਨੂੰ ਤਿਆਰ ਨਹੀਂ। ਉਸ ਅਦਿੱਤਿਆਨਾਥ ਯੋਗੀ ਨੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੁਣ ਯਾਤਰਾ ਚੱਲ ਰਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਪਹਾੜਾਂ ਦੇ ਉੱਤੇ ਮੰਦਰ ਜਿਹੜੇ ਨੇ ਬਣੇ ਹੋਏ ਹਿੰਦੂਆਂ ਦੇ ਤੀਰਥ ਯਾਤਰਾਵਾਂ ਬਹੁਤ ਚੱਲਦੀਆਂ ਹੁੰਦੀਆਂ ਨੇ। ਉਹ ਯਾਤਰਾ ਦੇ ਵਿੱਚ ਕਾਬੜੀਏ ਜਿਹੜੇ ਨੇ ਜਿਹੜੇ ਆਪਣੇ ਮੋਢਿਆਂ ਦੇ ਉੱਤੇ ਬੈਂਗੀਆਂ ਰੱਖ ਕੇ ਜਾਂ ਧਰਤੀ 'ਤੇ ਲੰਮੇ ਪੈ ਕੇ ਉਹ ਯਾਤਰਾ ਦੇ ਵਿੱਚ ਸਫ਼ਰ ਕਰਦੇ ਨੇ, ਉਹ ਕਾਬੜੀਆਂ ਦੇ ਲਈ ਜਿਹੋ ਜਿਹਾ ਫੈਸਲਾ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਕਰਿਆ ਕਿ ਤੁਹਾਨੂੰ ਜਿਹੜੀਆਂ ਕਿਉਂਕਿ ਇੰਨੇ ਇਕੱਠ ਹੁੰਦਾ, ਇੰਨੀ ਦੁਨੀਆ ਜਾਂਦੀ ਹੈ, ਫਿਰ ਵਪਾਰ ਵੀ ਕਰਨ ਵਾਲਿਆਂ ਦੇ ਦਿਲਾਂ ਦੇ ਵਿੱਚ ਵਪਾਰ ਵੀ ਕਰਨਾ ਹੁੰਦਾ, ਟੱਬਰ ਵੀ ਪਾਲਣਾ। ਉਹਨਾਂ ਨੇ ਵਪਾਰੀ ਕਰਨ ਦੇ ਵਿੱਚ ਦੁਕਾਨਾਂ ਲਾਉਣੀਆਂ, ਪੂਜਾ ਪਾਠ ਦਾ ਸਮਾਨ ਰੱਖਣਾ, ਸਮੱਗਰੀ ਰੱਖਣੀ ਜਾਂ ਜੋ ਵੀ ਕੁਛ ਚਾਹੀਦਾ ਕਾਬੜੀਆਂ ਨੂੰ ਉਹ ਰੱਖਣਾ। ਪਰ ਯੋਗੀ ਨੇ ਕਿਹਾ ਕਿ ਤੁਸੀਂ ਮੁਸਲਮਾਨ ਹੋ ਕੇ ਇਹ ਸਮਾਨ ਨਹੀਂ ਵੇਚ ਸਕਦੇ, ਕਿਉਂਕਿ ਹਿੰਦੂ ਮੁਸਲਮਾਨ ਤੋਂ ਲੈ ਕੇ ਉਹ ਸਮਾਨ ਨਹੀਂ ਵਰਤ ਸਕਦਾ, ਸੋ ਤੁਹਾਨੂੰ ਆਪਣੇ ਨੇਮ ਪਲੇਟ ਲਾਉਣਾ ਪਊਗਾ ਦੁਕਾਨ ਦੇ ਬਾਹਰ ਵੀ ਇਹ ਮੁਸਲਮਾਨ ਦੀ ਦੁਕਾਨ ਹੈ, ਤੁਹਾਡੇ ਆਪਣੇ ਨਾਂ ਲਾਉਣੇ ਲਿਖ ਕੇ ਲਾਉਣੇ ਪੈਣਗੇ। ਜਿਹਦਾ ਵਿਰੋਧ ਹੋਇਆ, ਵਿਰੋਧ ਵੀ ਵੱਡੀ ਪੱਧਰ 'ਤੇ ਹੋਇਆ। ਇਹਦਾ ਅਸਰ ਜ਼ਿਮਨੀ ਚੋਣਾਂ 'ਤੇ ਪੈ ਸਕਦਾ, ਜਿਹੜੀਆਂ 10 ਸੀਟਾਂ ਦੇ ਉੱਤੇ ਜ਼ਿਮਨੀ ਚੋਣਾਂ ਹੋਣੀਆਂ। ਇਹਦਾ ਅਸਰ ਬਿਹਾਰ ਦੇ ਵਿੱਚ ਵੀ ਪੈਣਾ, ਇਹਦਾ ਅਸਰ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਪੈਣਾ, ਜਿੱਥੇ ਚੰਦਰਬਾਬੂ ਨਾਇਡੂ ਜੀ ਮੁਸਲਮਾਨਾਂ ਦੀਆਂ ਦਰਗਾਹਾਂ 'ਤੇ ਜਾ ਕੇ ਮਸੀਤਾਂ 'ਚ ਜਾ ਕੇ ਮੁਸਲਮਾਨਾਂ ਦੇ ਭਾਈਚਾਰੇ ਦੀਆਂ ਵੋਟਾਂ ਲੈਂਦੇ ਨੇ। ਵਿਰੋਧੀ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ 'ਚ ਨਹੀਂ, ਮੈਂ ਕਹਿੰਦਾ ਜਿਹੜੀ NDA ਦੀਆਂ ਭਾਈਵਾਲ ਪਾਰਟੀਆਂ ਨੇ, ਉਹਨਾਂ ਨੇ ਸਵਾਲ ਉਠਾਉਣੇ ਸੀਗੇ ਇਹ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਜੋ ਤੁਸੀਂ ਕਰ ਰਹੇ ਹੋ ਉਹ ਠੀਕ ਨਹੀਂ, ਇਹਦੇ ਨਾਲ ਅਸੀਂ ਤੁਹਾਡੇ ਨਾਲ ਰਲ ਕੇ ਨਹੀਂ ਚੱਲ ਸਕਦੇ, ਕਿਉਂਕਿ ਤੁਸੀਂ ਬਾਕੀ ਪਾਰਟੀਆਂ ਦੀਆਂ ਜਿਹੜੀਆਂ ਉਹਨਾਂ ਦੇ ਇਹ ਕਹਿ ਲਈਏ ਵੀ ਉਹਨਾਂ ਦੀ ਪਾਰਟੀ ਪ੍ਰਤੀ ਲੋਕਾਂ ਦੇ ਨਾਲ ਮਿਲ ਕੇ ਚੱਲਣ ਦੀਆਂ ਗੱਲਾਂ ਜਾਂ ਉਹਨਾਂ ਦੇ ਪਾਰਟੀ ਦੇ ਵੱਲੋਂ ਕਿੱਥੇ ਕੰਮਾਂ ਨੇ ਜਿਹੜੇ ਉਹ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ, ਸੋ ਇਸ ਕਰਕੇ ਤੁਹਾਡੇ ਤੋਂ ਅਸੀਂ ਨਾਰਾਜ਼ ਹਾਂ, ਅਸੀਂ ਤੁਹਾਨੂੰ ਛੱਡ ਸਕਦੇ। ਅਗਰ ਉਹ ਇਹ ਗੱਲਾਂ ਕਹਿੰਦੇ ਨੇ ਤਾਂ ਸਰਕਾਰ ਕੁਛ ਕੁ ਹੀ ਦਿਨਾਂ ਦੀ ਪ੍ਰਾਹੁਣੀ ਹੋ ਸਕਦੀ ਹੈ, ਇਹ ਗੱਲ ਦੀ ਗਰੰਟੀ ਆ। ਇਸ ਗੱਲ ਦਾ ਡਰ ਅਮਿਤ ਸ਼ਾਹ ਨੂੰ ਹੋਇਆ, ਆਲ ਪਾਰਟੀ ਮੀਟਿੰਗ 'ਚ ਨਹੀਂ ਆਇਆ, ਉਹਨੂੰ ਪਤਾ ਸੀ ਇਹ ਸਵਾਲ ਹੋਣਗੇ, ਭੱਜ ਗਿਆ, ਮਹਾਰਾਸ਼ਟਰ ਚਲਿਆ ਗਿਆ। ਨਰਿੰਦਰ ਮੋਦੀ ਜੀ ਨਹੀਂ ਆਏ, ਆਪਣੇ ਆਪ ਨੂੰ ਬਿਜ਼ੀ ਕਰ ਲਿਆ ਹੋਰ ਕੰਮਾਂ ਦੇ ਵਿੱਚ, ਪਤਾ ਸੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਕੀ ਕਰਾਂਗੇ। ਸੀਤਾ ਰਮਨ ਨੂੰ ਅੱਗੇ ਕਰ ਦਿੱਤਾ ਬਜਟ ਦੇ ਵਿੱਚ, ਇਸੇ ਤਰ੍ਹਾਂ ਰਾਜਨਾਥ ਸਿੰਘ ਨੂੰ। ਹੁਣ ਰੌਲਾ ਇੱਕ ਹੋਰ ਵੀ ਪੈਣਾ, ਹੁਣ ਜਿੱਥੇ ਯੋਗੀ ਆਦਿੱਤਿਆਨਾਥ ਨੇ ਇਹ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣ
ਉਹ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਫੋਨ ਕਰਨ ਦੀ ਹਿੰਮਤ ਨਾ ਰੱਖਦੇ ਹੋਣ, ਕਿਉਂਕਿ ਨਰਿੰਦਰ ਮੋਦੀ ਜੀ ਦੇ ਇੱਕ ਫੋਨ ਦੇ ਨਾਲ ਮੁੱਖ ਮੰਤਰੀ ਆਪਣਾ ਅਹੁਦਾ ਛੱਡ ਦਿੰਦਾ। ਇੱਕ ਫੋਨ ਦੇ ਰਾਹੀਂ ਉਹਦੀ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਜਾਂਦਾ। ਪਰ ਜਦੋਂ ਆਦਿਤਿਆ ਨਾਥ ਯੋਗੀ ਨੇ ਨਰਿੰਦਰ ਮੋਦੀ ਦੇ ਵਿੱਚ ਕੋਈ ਹਿੰਮਤ ਨਹੀਂ ਕਿ ਉਹਨਾਂ ਨੂੰ ਫੋਨ ਕਰੇ ਅਤੇ ਕਹੇ ਕਿ ਤੁਸੀਂ ਜਿਹੜਾ ਫੈਸਲਾ ਲਿਆ ਇਹਨੂੰ ਵਾਪਸ ਲਓ। ਨਰਿੰਦਰ ਮੋਦੀ ਜੀ ਦੇ ਕੋਲ ਕੋਈ ਹਿੰਮਤ ਨਹੀਂ ਸੀ ਯੋਗੀ ਆਦਿੱਤਿਆ ਨਾਥ ਨੂੰ ਇਹ ਫੈਸਲਾ ਵਾਪਸ ਕਰਵਾਉਣ ਦੇ ਲਈ ਫੋਨ ਕਰਦੇ। ਜੇ ਕਰਦੇ ਵੀ ਯੋਗੀ ਨੇ ਚੱਕਣਾ ਨਹੀਂ ਸੀ, ਯੋਗੀ 'ਚ ਇੰਨੀ ਹਿੰਮਤ ਹੋ ਗਈ। ਫਿਰ ਜਦੋਂ ਆਹ ਗੱਲ ਹੋ ਗਈ, ਹੁਣ ਭਾਈਵਾਲ ਪਾਰਟੀਆਂ ਨੇ ਦੋ, ਸਿਰਫ ਦੋ ਮੈਂਬਰ ਪਾਰਲੀਮੈਂਟ ਨੇ ਜੈਅੰਤ ਚੌਧਰੀ ਦੇ ਕੋਲ ਯੂਪੀ ਦੇ, ਉਹਨੇ ਵੀ ਅੱਖਾਂ ਦਿਖਾ ਦਿੱਤੀਆਂ ਵੀ ਭਾਈ ਜਿਹੜਾ ਕੁਛ ਤੁਸੀਂ ਕਰ ਰਹੇ ਹੋ ਇਹਦੇ ਨਾਲ ਸਾਡੀ ਪਾਰਟੀ ਨੂੰ ਨੁਕਸਾਨ ਹੋ ਰਿਹਾ। ਨਿਤੀਸ਼ ਕੁਮਾਰ ਨੇ ਵੀ ਇਹ ਗੱਲ ਕਹਿ ਦਿੱਤਾ ਜੀ ਕਿ ਸਾਨੂੰ ਇਕੱਲੀ ਤੁਹਾਡੀ ਨਹੀਂ, ਹਿੰਦੂਆਂ ਦੀ ਨਹੀਂ, ਮੈਨੂੰ ਤਾਂ ਮੁਸਲਮਾਨਾਂ ਦੀ ਵੀ ਲੋੜ ਆ, ਉਹਨਾਂ ਦੀਆਂ ਵੋਟਾਂ ਦੀ ਲੋੜ ਹੈ। ਇਸ ਤੋਂ ਇਲਾਵਾ ਚਿਰਾਗ ਪਾਸਵਾਨ ਨੇ ਬਿਹਾਰ ਵਾਲੇ, ਉਹ ਤਾਂ ਵੱਧ ਤੋਂ ਵੱਧ ਮੁਸਲਮਾਨਾਂ ਦੀ ਵੋਟਾਂ ਨਾਲ ਜਿੱਤਦੇ ਨੇ। ਹੋਰ ਕਿੰਨੇ ਨੇਤਾ ਨੇ ਹੁਣ ਜਿਹੜੀਆਂ ਯੂਪੀ ਦੇ ਵਿੱਚ ਜ਼ਮੀਨੀ ਚੋਣਾਂ ਦੇ ਵਿੱਚ, ਗੱਲ ਭਾਵੇਂ ਹਰਿਦੁਆਰ ਦੀ ਹੈ, ਮੇਠ ਦੀ ਹੈ, ਮੁਜ਼ੱਫਰਨਗਰ ਮੁਜ਼ੱਫਰਪੁਰ ਦੀ ਹੈ, ਉੱਥੇ ਫਿਰ ਕਿਵੇਂ ਬੀਜੇਪੀ ਜਿਹੜੀ ਆ ਇਲੈਕਸ਼ਨ ਦੇ ਵਿੱਚ ਪੰਗਾ ਲਊਗੀ ਯੋਗੀ ਆਦਿੱਤਿਆ ਨਾਥ ਤੋਂ ਬਿਨਾਂ, ਇਹ ਸਾਰੀਆਂ ਗੱਲਾਂ ਨੇ। ਦੂਜੇ ਪਾਸੇ ਗੱਲ ਤਾਂ ਅਮਰਨਾਥ ਮੰਦਿਰ ਦੀ ਵੀ ਯਾਤਰਾ ਛੂਹਣ ਹੋਣ ਵਾਲੀ ਹੈ। ਅਮਰਨਾਥ ਮੰਦਿਰ ਦੇ ਦਰਸ਼ਨਾਂ ਨੂੰ ਵੀ ਲੋਕ ਜਾਣਗੇ, ਹਿੰਦੂ ਜਿੰਨੇ ਨੇ ਵੱਧ ਤੋਂ ਵੱਧ ਜਾਣਗੇ। ਹੋਰ ਕਈ ਅਜਿਹੇ ਮੰਦਿਰ ਨੇ ਜਿਹੜੇ ਪਹਾੜਾਂ 'ਤੇ ਨੇ, ਉੱਥੇ ਜਾਣਾ, ਉੱਥੇ ਤੁਰ ਕੇ ਜਾਣਾ ਇੰਨਾ ਸਖਾਲਾ ਨਹੀਂ ਹੈਗਾ, ਉੱਥੇ ਕੁਲੀਆਂ ਦੀ ਜ਼ਰੂਰਤ ਪੈਂਦੀ ਹੈ। ਕੁਲੀ ਸਾਰੇ ਦੇ ਸਾਰੇ ਮੁਸਲਮ ਨੇ, ਅਗਰ ਕੁਲੀਆਂ ਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਆਪਣੇ ਕਮੀਜ਼ ਦੇ ਉੱਤੇ ਨੇਮ ਪਲੇਟ ਲਾ ਲਓ, ਉਹ ਲਿਖ ਕੇ ਲਾ ਲੈਂਦੇ ਨੇ ਮੁਹੰਮਦ ਫਲਾਣਾ ਧਿਮਕਾ ਜੋ ਵੀ ਉਹਨਾਂ ਦੇ ਨਾਂ ਨੇ, ਕੀ ਇਹ ਉਹ ਕੁਲੀ ਇਹਨਾਂ ਨੂੰ ਸੇਵਾਵਾਂ ਦੇ ਸਕਣਗੇ? ਜਾਂ ਹਿੰਦੂਆਂ ਦੇ ਵਿੱਚ, ਹਿੰਦੂ ਭਗਤਾਂ ਦੇ ਵਿੱਚ ਇੰਨੀ ਕੁ ਹਿੰਮਤ ਹੈਗੀ ਕਿ ਉਹ ਭਾਰ ਚੱਕ ਕੇ ਮੰਦਰ ਤੱਕ ਚਲੇ ਜਾਣਗੇ? ਸਹਾਰਾ ਤਾਂ ਕੁਲੀ ਦਾ ਲੈਣਾ ਪੈਣਾ। ਜੇ ਕੁਲੀ ਨੇ ਉਹਨਾਂ ਦੇ ਕਿਸੇ ਵੀ ਸਮਾਨ ਨੂੰ ਹੱਥ ਲਾ ਤੇ ਤਾਂ ਇਹਨਾਂ ਦਾ ਜਿਹੜਾ ਸਮਾਨ ਹੈ ਉਹ ਭ੍ਰਿਸ਼ਟ ਹੋ ਜਾਊਗਾ, ਆਹ ਪੰਗਾ ਪੈ ਜਾਊਗਾ। ਹੁਣ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਵੀ ਇੱਕ ਨਵੀਂ, ਇੱਕ ਹੋਰ ਮੁਸੀਬਤ ਜਿਹੜੀ ਹੈ ਇਹ ਹਿੰਦੂਆਂ ਦੇ ਲਈ ਸ਼ੁਰੂ ਹੋਣ ਵਾਲੀ ਹੈ, ਜਿਹੜੀ ਕਿ ਕਈ ਲੀਡਰ ਇਹ ਗੱਲ, ਵਿਰੋਧੀ ਧਿਰ ਦੇ ਲੀਡਰ ਜਿਹੜੇ ਜਾਂ ਇਹ ਸਹਿਯੋਗੀ ਜਿਹੜੇ ਨੇ ਤੁਹਾਡੇ, ਉਹ ਗੱਲਾਂ ਉਠਾ ਰਹੇ ਨੇ। ਯੋਗੀ ਆਦਿੱਤਿਆ ਨਾਥ ਦਾ ਇੱਕ ਨਵਾਂ ਬ੍ਰਾਂਡ ਜਿਹੜਾ ਹਿੰਦੂਤਵ, ਉਹਦਾ ਪੱਤਾ ਇਕੱਲੇ ਯੂਪੀ 'ਚ ਹੀ ਨਹੀਂ, ਉਹ ਹੋਰ ਕਈ ਸੂਬਿਆਂ ਦੇ ਵਿੱਚ ਖੇਡਣ ਦੀ ਤਿਆਰੀ ਦੇ ਵਿੱਚ ਨੇ। ਕੀ ਯੋਗੀ ਆਦਿੱਤਿਆ ਨਾਥ ਹਿੰਦੂਤਵ ਦੇ ਏਜੰਡੇ ਦੇ ਉੱਤੇ ਆਪਣੇ ਆਪ ਨੂੰ ਇੰਨੇ ਸਟਰੋਂਗ ਹੋ ਜਾਣਗੇ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਤਾਂ ਫਿਰ ਹਿੰਦੂਤਵ ਦਾ ਏਜੰਡਾ ਅਪਣਾਉਣਾ ਪਊ, ਜਾਂ ਫਿਰ
ਜਿਹੜੀਆਂ ਨਾਲ ਸਹਿਯੋਗੀ ਪਾਰਟੀਆਂ ਨੇ ਉਹਨਾਂ ਨੂੰ ਛੱਡਣਾ ਪਊਗਾ। ਫਿਰ ਵੀ ਨਰਿੰਦਰ ਮੋਦੀ ਜੀ ਕਿੱਥੇ ਜਾਣਗੇ, ਰੌਲਾ ਤਾਂ ਇਸ ਗੱਲ ਦਾ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਬਜਟ ਸੈਸ਼ਨ ਦੇ ਵਿੱਚ ਬਹੁਤ ਵੱਡੀ ਜਿਹੜੀ ਇਸ ਗੱਲ ਨੇ ਭੂਮਿਕਾ ਨਿਭਾਉਣੀ ਸੀ, ਜਿਹੜੀ ਕਿ ਯੋਗੀ ਆਦਿੱਤਿਆਨਾਥ ਵੱਲੋਂ ਦਿੱਤੀ ਗਈ ਉਹ ਜਿਹੜੀ ਗੱਲ ਹੈ ਉਹ ਕਿੰਨੀ ਕੁ ਸਿੱਧ ਹੁੰਦੀ ਹੈ ਕਿੰਨੀ ਕੁ ਨਹੀਂ, ਇਹ ਹੁਣ ਸਮਾਂ ਦੱਸੂਗਾ। ਪਰ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਹੁਣ ਬਜਟ ਵਾਲੇ ਪਾਸੇ ਆਉਣਾ, ਤੁਸੀਂ ਜੁੜੇ ਰਹੋ, ਉਸ ਤੋਂ ਮਗਰੋਂ ਫਿਰ ਦੋਨੇ ਗੱਲਾਂ ਦੇ ਜਵਾਬ ਆਪਾਂ ਇਕੱਠੇ ਹੀ ਸ਼ੁਰੂ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਮਗਰੋਂ। ਦੋਸਤੋ, ਮੈਂ ਗੱਲ ਕਰਦਾ ਸੀ ਕਿ ਬਜਟ ਦੀ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 7ਵੀਂ ਵਾਰ ਕੇਂਦਰੀ ਬਜਟ ਪੇਸ਼ ਕੀਤਾ ਗਿਆ। ਰੌਲਾ ਹੀ ਪੈ ਰਿਹਾ ਆਂਧਰਾ ਅਤੇ ਬਿਹਾਰ ਨੂੰ ਸਭ ਤੋਂ ਵੱਧ ਸਹੂਲਤਾਂ ਦੇਣ ਦੀ ਗੱਲ ਕੀਤੀ ਗਈ। ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਲਈ ਵਿਸ਼ੇਸ਼ ਪੈਕੇਜ ਦਿੱਤੇ ਗਏ ਨੇ। ਵਿੱਤੀ ਘਾਟਾ ਜੀ ਡੀ ਪੀ ਦਾ 4.9% ਅਗਲੇ ਸਾਲ ਤੱਕ 4.5% ਤੋਂ ਹੇਠਾਂ ਲਿਆਉਣ ਦਾ ਟੀਚਾ। ਉਤਪਾਦਨ ਅਤੇ ਸੇਵਾ ਸਣੇ 9 ਤਰਜੀਹੀ ਖੇਤਰਾਂ ਦੀ ਪਛਾਣ ਕੀਤੀ ਗਈ। ਨਵੇਂ ਟੈਕਸ ਪ੍ਰਬੰਧ ਵਿੱਚ ਸਟੈਂਡਰਡ ਕਟੌਤੀ ਦੀ ਹੱਦ ਜਿਹੜੀ 50,000 ਤੋਂ ਵਧਾ ਕੇ 75,000 ਕਰਨ ਦੀ ਤਜਵੀਜ਼ ਕੀਤੀ ਗਈ ਹੈ। ਨਵੇਂ ਟੈਕਸ ਪ੍ਰਬੰਧ ਨਾਲ ਆਮਦਨ ਕਰ 'ਚ 17,500 ਰੁਪਏ ਦੀ ਹੋਵੇਗੀ ਬੱਚਤ। 6 ਮਹੀਨਿਆਂ 'ਚ ਆਮਦਨ ਕਰ ਐਕਟ 1961 ਦੀ ਵਿਆਪਕ ਨਜ਼ਰਸ਼ਾਨੀ। ਕੈਂਸਰ ਦੀਆਂ 3 ਦਵਾਈਆਂ ਨੂੰ ਕਸਟਮ ਡਿਊਟੀ ਤੋਂ ਮੁਕੰਮਲ ਛੋਟ। ਮੋਬਾਈਲ ਫੋਨ ਅਤੇ ਅਡੈਪਟਰ ਚਾਰਜਰ ਅਤੇ ਲੱਗਦੀ ਕਸਟਮ ਡਿਊਟੀ ਘਟਾ ਕੇ 15% ਕਰਨ ਦੀ ਤਜਵੀਜ਼। ਦੋਸਤੋ, ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਕੁਛ ਨਹੀਂ ਦਿੱਤਾ, ਆਂਧਰਾ ਅਤੇ ਬਿਹਾਰ ਨੂੰ ਬਹੁਤ ਕੁਛ ਦੇ ਦਿੱਤਾ ਭੁਲੇਖੇ 'ਚੋਂ। ਆਂਧਰਾ ਦੀ ਰਾਜਧਾਨੀ ਲਈ 15,000 ਕਰੋੜ ਰੁਪਏ ਦਾ ਪ੍ਰਬੰਧ ਕਰਿਆ। ਸਰਕਾਰ ਨੇ ਅੱਜ ਆਂਧਰਾ ਪ੍ਰਦੇਸ਼ ਦੇ ਵਿਕਾਸ ਲਈ ਕਈ ਐਲਾਨ ਕਰੇ ਨੇ। ਇਹਨਾਂ 'ਚ ਸੂਬੇ ਦੀ ਰਾਜਧਾਨੀ ਅਮਰਾਵਤੀ ਦੇ ਵਿਕਾਸ ਲਈ ਚਾਲੂ ਵਿੱਤੀ ਸਾਲ ਅਤੇ ਭਵਿੱਖੀ ਸਾਲ 'ਚ 15,000 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਵੀ ਸ਼ਾਮਲ ਹੈ। ਪ੍ਰਬੰਧ ਕਰਨਾ, ਇਹ ਗੱਲ ਨੋਟ ਕਰ ਲਓ, ਦਿੱਤੇ ਨਹੀਂ ਹੈਗੇ, ਪ੍ਰਬੰਧ ਕਰਨਾ ਵੀ ਪ੍ਰਬੰਧ ਕਰਾਂਗੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਨੇ ਰਾਜਧਾਨੀ ਸ਼ਹਿਰ ਪੋਲਾਵਰਮ ਪ੍ਰੋਜੈਕਟ ਸਨਅਤੀ ਪ੍ਰਵਾਨਗੀਆਂ ਅਤੇ ਪਛੜੇ ਖੇਤਰਾਂ ਦੇ ਵਿਕਾਸ 'ਤੇ ਧਿਆਨ ਦੇ ਸੂਬੇ ਦੀਆਂ ਲੋੜਾਂ ਨੂੰ ਪਛਾਣਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਿਆ। ਵਾਹ ਬਈ, ਬੜਾ ਕੁਝ ਦਿੱਤਾ। ਉੱਧਰ ਬਿਹਾਰ ਦੀ ਗੱਲ ਕਰ ਲੈਂਦੇ, 60,000 ਕਰੋੜ ਦੀ ਤਜਵੀਜ਼। ਕੇਂਦਰੀ ਬਜਟ 'ਚ ਅੱਜ ਬਿਹਾਰ ਲਈ ਕਈ ਵੱਡੇ ਕਦਮ ਚੁੱਕੇ ਗਏ, ਇਹ ਇੰਡੀਆ ਦਾ ਮੀਡੀਆ ਕਹਿੰਦਾ ਹੈ। ਇਹਨਾਂ 'ਚ ਰਾਜ 'ਚ ਵੱਖ ਵੱਖ ਪ੍ਰੋਜੈਕਟਾਂ ਲਈ 60,000 ਕਰੋੜ ਰੁਪਏ ਤੋਂ ਵੱਧ ਦੇ ਫੰਡ ਖਰਚ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਹਨਾਂ 'ਚ 3 ਐਕਸਪ੍ਰੈਸ ਵੇ, 1 ਬਿਜਲੀ ਪਲਾਂਟ, ਬਰਾਸੀ ਗਲਿਆਰੇ, ਨਵੇਂ ਹਵਾਈ ਅੱਡੇ ਅਤੇ ਖੇਡਾਂ ਦੇ ਬੁਨਿਆਦੀ
ਢਾਂਚੇ ਲਈ ਯੋਜਨਾਵਾਂ ਦੀ ਰੂਪ ਰੇਖਾ ਪੇਸ਼ ਕੀਤੀ ਗਈ ਹੈ। ਦੂਜੇ ਪਾਸੇ ਬਿਹਾਰ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਕਹਿੰਦਾ ਕਿ ਸੂਬੇ ਦੇ ਫਿਕਰਾਂ ਨੂੰ ਧਿਆਨ 'ਚ ਰੱਖਦਿਆਂ ਕੇਂਦਰੀ ਬਜਟ 'ਚ ਵਿਸ਼ੇਸ਼ ਸਹਾਇਤਾ ਰਾਸ਼ੀ ਲੰਨੀ ਗਈ। ਦੋਸਤੋ, ਤੁਹਾਨੂੰ ਪਤਾ ਹੋਣਾ 2015 'ਚ ਨਰਿੰਦਰ ਮੋਦੀ ਜੀ ਬਿਹਾਰ ਗਏ ਸੀ, ਪਤਾ ਕੀ ਕਹਿੰਦੇ ਸੀ? ਕਹਿੰਦੇ ਬਿਹਾਰ ਉਹ ਧਰਤੀ ਹੈ ਜਿਹੜੀ ਮੇਰੇ ਦਿਲ ਦੇ ਵਿੱਚ ਵਸੀ ਹੋਈ ਹੈ। ਕਹਿੰਦੇ ਪੰਜਾਬ ਇੱਥੇ ਬਿਹਾਰ ਦਾ ਮੁੱਖ ਮੰਤਰੀ 50,000 ਕਰੋੜ ਰੁਪਈਏ ਦੀ ਮੰਗ ਕਰਦਾ ਹੈ, ਪਰ ਕਹਿੰਦੇ ਮੇਰਾ ਦਿਲ ਨਹੀਂ ਮੰਨਦਾ। ਮੇਰਾ ਦਿਲ ਤਾਂ ਬਿਹਾਰ ਦੇ ਨਾਲ ਜੁੜਿਆ ਹੋਇਆ, ਮੇਰਾ ਸਾਰਾ ਸਰੀਰ, ਮੈਂ ਜੋਨਾ ਵੀ ਜਿੰਨਾ ਕੁਛ ਦੇ ਸਕਾਂ ਬਿਹਾਰ ਨੂੰ ਦੇ ਦੂੰ। ਉਹਨਾਂ ਨੇ ਇਹ ਗੱਲ ਕਹੀ ਸੀ ਸਟੇਜ ਤੋਂ, ਅਗਰ ਮੈਂ ਤੁਹਾਨੂੰ 60,000 ਕਰੋੜ ਦੇ ਦੇਵਾਂ ਖੁਸ਼ ਹੋ? ਲੋਕ ਕਹਿੰਦੇ ਖੁਸ਼ ਹੈ ਜੀ, ਤਾੜੀਆਂ ਮਾਰੋ। ਨਹੀਂ ਕਹਿੰਦਾ ਜੇ 70 ਦੇ ਦੇਵਾਂ ਖੁਸ਼ ਹੋ? ਫਿਰ ਲੋਕਾਂ ਨੇ ਤਾੜੀਆਂ। ਫਿਰ ਕਹਿੰਦਾ ਜੇ 90 ਦੇ ਦੇਵਾਂ? ਲੋਕ ਕਹਿੰਦੇ ਤਾਂ ਕਮਾਲ ਹੋ ਗਈ, ਇਸ ਤੋਂ ਵੱਧ ਕੀ ਹੋ ਸਕਦਾ। ਫਿਰ ਕਹਿੰਦਾ ਜੇ 125,000 ਕਰੋੜ ਦੇ ਦੇਵਾਂ? ਫਿਰ ਤੋਂ ਮਾਨੋਗੇ ਨਾ ਭੈਣੋ ਭਾਈਓ? ਬਸ ਫਿਰ ਤਾਂ ਹਨੇਰੀ ਆ ਗਈ ਤਾੜੀਆਂ ਦੀ। ਦਿੱਤਾ ਅੱਜ ਤੱਕ ਨਹੀਂ, ਕਿੱਥੇ 2015, ਕਿੱਥੇ 24, 9 ਸਾਲ ਹੋ ਗਏ। ਉਹ ਭੈਣੋ ਭਾਈਓ ਕੋ ਕੁਛ ਨਹੀਂ ਮਿਲਾ। ਆਂਧਰਾ ਪ੍ਰਦੇਸ਼ ਦੇ ਲਈ 15,000 ਕਰੋੜ ਰੁਪਈਏ ਦੀ ਜਿਹੜੀ ਗੱਲ ਕੀਤੀ ਹੈ ਕਿ ਪ੍ਰਬੰਧ ਕਰਾਂਗੇ, ਪ੍ਰਬੰਧ ਤਾਂ ਪੰਜਾਬ ਲਈ ਵੀ ਕਰ ਦੇਣਗੇ, ਜਿਹੜਾ ਮਰਜ਼ੀ ਕਰਾ ਲਓ। 50 ਸਾਲ ਦੇ ਲਈ ਇੱਕ ਲੋਨ ਲੈ ਕੇ ਦੇ ਦੇਵਾਂਗੇ, ਕਹਿੰਦੇ 50 ਸਾਲ ਮਗਰੋਂ ਪੇ ਕਰ ਦਿਓ। ਨਾ ਮੁੜ ਕੇ ਮੋਦੀ ਰਹਿਣਾ, ਨਾ ਅਮਿਤ ਸ਼ਾਹ ਰਹਿਣਾ ਅੱਜ ਤੋਂ 50 ਸਾਲਾਂ ਨੂੰ, ਨਾ ਆਹੀ ਚੰਦਰਬਾਬੂ ਨਾਇਡੂ ਰਹਿਣਾ। ਜਿਵੇਂ ਇੰਡੀਆ ਲੋਨ ਲੈਂਦਾ, ਇੱਦਾਂ ਹੀ ਸੂਬੇ ਲਈ ਜਾਂਦੇ ਨੇ। ਲੋਨ ਲਈ ਜਾਓ, ਲੋਨ ਲਈ ਜਾਓ। ਸਾਡੀਆਂ ਜੇ ਲੋਨ ਪੰਜਾਬ ਦਾ ਮੁੱਖ ਮੰਤਰੀ ਲੈ ਲਵੇ, ਜਦੇ ਰੌਲਾ ਪਾਉਂਦੀਆਂ ਵਿਰੋਧੀ ਪਾਰਟੀਆਂ, ਉਹ ਐਡਾ ਬੜਾ ਕਰਜ਼ਾ ਹੋ ਗਿਆ। ਕਰਜ਼ਾ ਤਾਂ ਭਾਈ ਹੁਣ ਸਾਰੇ ਸੂਬੇ ਲਈ ਜਾਂਦੇ ਨੇ, ਨਰਿੰਦਰ ਮੋਦੀ ਲਈ ਜਾਂਦਾ। ਦੋਸਤੋ, ਅਸਲੀ ਜਿਹੜਾ ਬਜਟ ਹੈ, ਬਜਟ ਕਿਹਦੇ ਵਾਸਤੇ ਬਣਿਆ, ਮੈਂ ਤੁਹਾਨੂੰ ਉਹ ਦੱਸਣ ਦੀ ਕੋਸ਼ਿਸ਼ ਕਰਦਾ। ਦੋ ਵੱਡੀਆਂ ਕੰਪਨੀਆਂ ਨੇ ਭਾਰਤ ਵਿੱਚ, A+A, AA, AAA, ਅਮੈਰੀਕਾ ਦੇ ਵਿੱਚ ਕਹੇ ਗਏ ਇੰਸ਼ੋਰੈਂਸ ਕੰਪਨੀ, ਭਾਰਤ ਵਿੱਚ AA ਹੈ, ਅੰਬਾਨੀ ਅਤੇ ਅੰਡਾਨੀ। ਇਹ ਜਿਹੜੀ AA ਬੈਟਰੀ ਹੈ ਨਾ, AA ਕੰਪਨੀ ਆ ਨਾ, ਇਹ ਸਾਰਾ ਕੁਛ ਖਾਈ ਜਾਂਦੀ ਹੈ, ਸਾਰੇ ਭਾਰਤ ਨੂੰ ਖਾਈ ਜਾਂਦੀ ਹੈ। ਪਿੱਛੇ ਜੇ ਅੰਡਾਨੀਆਂ ਦੇ ਵਿਆਹ ਦੇਖਿਆ ਹੁਣ, ਉੱਥੇ ਲਾ ਲਿਓ ਹਿਸਾਬ ਤੋਂ, ਉੱਥੇ ਲਾ ਸਕਦੇ ਹੋ ਹਿਸਾਬ। ਅੰਡਾਨੀ ਅੰਬਾਨੀਆਂ ਦੀਆਂ ਕੰਪਨੀਆਂ ਨੇ ਉਹ ਕੁਛ ਕਰਕੇ ਰੱਖ ਦਿੱਤਾ ਭਾਰਤ ਦਾ, ਜਿਹੜੇ ਆਉਣ ਵਾਲੀ ਰਹਿੰਦੀ ਦੁਨੀਆ ਤੱਕ ਭਾਰਤ ਨੂੰ ਆਪਣੇ ਪੈਰਾਂ ਸਿਰ ਖੜਾ ਹੋਣਾ ਬਹੁਤ ਮੁਸ਼ਕਲ ਹੋ ਚੁੱਕਾ। ਭਾਰਤ ਵਿੱਚ ਟੈਕਸ ਜਿਹੜਾ ਭਾਰਤ ਦੇ ਆਮ ਲੋਕਾਂ ਦੇ ਸਿਰ ਦੇ ਉੱਤੇ ਟੈਕਸ, ਯੂਰਪ ਵਰਗਾ
ਜਿਹੜਾ ਯੂਰਪੀਨ ਲੋਕਾਂ ਦੇ ਉੱਤੇ ਟੈਕਸ ਲੱਗਦਾ ਉਹ ਭਾਰਤੀ ਲੋਕਾਂ ਦੇ ਉਦੋਂ ਵੀ ਵੱਧ ਲੱਗਦਾ। ਪਰ ਯੂਰਪ ਦੇ ਵਿੱਚ ਸਹੂਲਤਾਂ ਪਤਾ ਕਿਹੜੀਆਂ ਨੇ? ਸਿਹਤ ਸੰਭਾਲ ਲਈ ਫ੍ਰੀ, ਹੋਰ ਕੰਮ, ਰੁਜ਼ਗਾਰ, ਬੜਾ ਕੁਛ ਦਿੰਦੀ ਹੈ ਸਰਕਾਰ। ਪਰ ਭਾਰਤ ਵਿੱਚ ਸਹੂਲਤਾਂ ਅਫਰੀਕਾ ਦੇ ਸੁਡਾਨ ਦੇਸ਼ ਵਰਗੀਆਂ ਨੇ, ਜਿਹੜੀਆਂ ਅਫਰੀਕਾ ਦੇ ਸੁਡਾਨ ਦੇਸ਼ ਦੇ ਲੋਕਾਂ ਨੂੰ ਉੱਥੋਂ ਦੀ ਸਰਕਾਰ ਦਿੰਦੀ ਆ ਨਾ, ਉਹ ਭਾਰਤ ਸਰਕਾਰ ਦਿੰਦੀ ਹੈ। ਟੈਕਸ ਲੋਕਾਂ ਦੇ ਉੱਤੇ ਯੂਰਪ ਵਰਗੇ ਲਾਉਂਦੇ ਨੇ, ਪਰ ਸਹੂਲਤਾਂ ਅਫਰੀਕਾ ਦੇ ਸੁਡਾਨ ਦੇਸ਼ ਵਰਗੀਆਂ ਲਾਉਂਦੇ ਨੇ। ਸਾਡੇ ਨੌਜਵਾਨਾਂ ਨੂੰ, ਭਾਰਤੀ ਯੂਥ ਨੂੰ ਸਕੰਡੇਨੇਵੀਆ ਵਰਗੇ ਸੁਪਨੇ ਦਿਖਾਏ ਜਾਂਦੇ ਨੇ। ਸਕੰਡੇਨੇਵੀਅਨ ਜਿਹੜਾ ਦੇਸ਼ ਹੈ, ਬੜਾ ਤਕੜਾ ਦੇਸ਼ ਹੈ, ਜਿੱਥੇ ਡਰੀਮ, ਕਮਾਲ ਦੇ ਡਰੀਮ ਨੇ ਪੂਰੇ ਹੁੰਦੇ ਨੇ। ਪਰ ਨੌਕਰੀਆਂ ਜੈਮਨ ਵਰਗੇ ਦੇਸ਼ਾਂ ਵਰਗੀਆਂ ਨੇ। ਪਿਸ ਪਿਸ ਕੇ ਮਰੋ, ਕੁਛ ਵੀ ਕਰੋ, ਪੱਲੇ ਕੁਛ ਨਹੀਂ ਪੈਂਦਾ। ਬੜੇ ਵਪਾਰੀ ਨੇ ਅੰਬਾਨੀ ਅਤੇ ਅੰਡਾਨੀ, ਜਿਨ੍ਹਾਂ ਨੂੰ ਸਰਕਾਰ ਸਭ ਤੋਂ ਵੱਧ ਸਹੂਲਤਾਂ ਦਿੰਦੀ ਹੈ, ਟੈਕਸ ਫਰੀ ਚੀਜ਼ਾਂ, ਘੱਟ ਤੋਂ ਘੱਟ ਟੈਕਸ, ਹਰ ਚੀਜ਼ ਦੀ ਸਹੂਲਤ। ਪਰ ਉਹ ਵਪਾਰੀ ਛੋਟੇ ਉਦਯੋਗ ਨੂੰ, ਛੋਟੇ ਵਪਾਰੀ ਨੂੰ ਦੁਨੀਆ ਦੇ ਕਿਸੇ ਹੋਰ ਦੇਸ਼ ਤੋਂ ਆਏ ਵਪਾਰੀ ਦੇ ਪੈਰ ਨਹੀਂ ਲੱਗਣ ਦਿੰਦੇ। ਉਹ ਕਹਿੰਦੇ ਨੇ ਨਾ, ਭੁੱਖੇ ਨੂੰ ਰੋਟੀ ਨਹੀਂ ਚਾਹੀਦੀ, ਰੋਟੀ ਚਾਹੀਦੀ ਹੈ, ਘੜੀ ਨਹੀਂ ਚਾਹੀਦੀ। ਪਰ ਇਹ ਜਿਹੜੇ ਅੰਬਾਨੀ ਅੰਡਾਨੀ ਨੇ ਨਾ, ਇਹ ਘੜੀਆਂ ਤਾਂ ਦਿੰਦੇ ਨੇ, ਆਹ ਲੈ ਤੈਨੂੰ ਗਿਫਟ ਦਿੱਤੀ ਹੈ ਘੜੀ, ਬੰਦਾ ਖੁਸ਼ ਹੋ ਜਾਂਦਾ ਘੜੀ ਦੇਖ ਕੇ, ਬੱਲੇ ਬੱਲੇ ਬੜੀ ਮਹਿੰਗੀ ਘੜੀ ਮੈਨੂੰ ਮਿਲ ਗਈ, ਮੈਂ ਜ਼ਿੰਦਗੀ 'ਚ ਕਦੇ ਇਹ ਦੇਖ ਨਹੀਂ ਸੀ ਸਕਦਾ, ਪਹਿਨ ਨਹੀਂ ਸੀ ਸਕਦਾ। ਪਰ ਰੋਟੀ ਜਿਹੜੀ ਢਿੱਡ ਦੇ ਲਈ ਰੋਟੀ ਚਾਹੀਦੀ ਆ, ਉਹ ਕੌਣ ਦਊਗਾ? ਇਹ ਅੰਬਾਨੀ ਅੰਡਾਨੀਆਂ ਦੀਆਂ ਕੰਪਨੀਆਂ ਰੁਜ਼ਗਾਰ ਖੋਹ ਰਹੀਆਂ ਨੇ, ਵੱਡੇ ਤੋਂ ਵੱਡੇ ਪ੍ਰੋਜੈਕਟ ਲਾ ਰਹੀਆਂ ਨੇ ਭਾਰਤ ਵਰਸ਼ ਦੇ ਵਿੱਚ, ਘੱਟ ਤੋਂ ਘੱਟ ਮਜ਼ਦੂਰ ਉੱਥੇ ਕੰਮ ਕਰਦੇ ਨੇ, ਘੱਟ ਤੋਂ ਘੱਟ ਲੋਕਾਂ ਨੂੰ ਨੌਕਰੀਆਂ ਦਿੰਦੇ ਨੇ। ਤੁਸੀਂ ਚਾਈਨਾ ਦਾ ਸੁਣਿਆ ਨਾ, ਚਾਈਨਾ ਨੇ ਤਰੱਕੀ ਕਿਉਂ ਕੀਤੀ? ਕਿਉਂਕਿ ਚਾਈਨਾ ਦੇ ਵਿੱਚ ਛੋਟੇ ਛੋਟੇ ਉਦਯੋਗ ਤੋਂ ਚਾਈਨਾ ਨੇ ਤਰੱਕੀ ਕੀਤੀ ਹੈ, ਘਰ ਘਰ ਦੇ ਵਿੱਚ ਉਦਯੋਗ ਸੀ। ਅੱਜ ਦੁਨੀਆ ਦੇ ਵਿੱਚ ਸਾਰਾ ਜਿੰਨਾ ਮੈਨੂਫੈਕਚਰਿੰਗ ਦਾ ਸਮਾਨ ਚਾਈਨਾ ਦੇ ਵਿੱਚੋਂ ਆ ਰਿਹਾ, ਕਿੱਥੋਂ ਆਉਂਦਾ? ਘਰ ਘਰ ਦੇ ਵਿੱਚ ਉਦਯੋਗ। ਪਰ ਇੰਡੀਆ ਦੇ ਵਿੱਚ ਅੰਬਾਨੀ ਅਤੇ ਅੰਡਾਨੀ, ਏ ਪਲੱਸ ਏ, ਦੋ ਬੰਦਿਆਂ ਦੇ ਕੋਲ ਖਰੀਦ ਰੱਖੇ ਨੇ ਮੋਦੀ ਵਰਗੇ ਵੱਡੇ ਵੱਡੇ ਲੀਡਰ, ਛੋਟੇ ਵਪਾਰੀ ਨੂੰ ਖੜਨ ਨਹੀਂ ਦਿੰਦੇ। ਨਿਵੇਸ਼ ਕਹਿੰਦੇ ਕਰੋ ਵੱਧ ਤੋਂ ਵੱਧ, ਭਾਰਤ ਸਰਕਾਰ ਕਹਿੰਦੀ ਹੈ ਅੰਬਾਨੀਆਂ ਅੰਡਾਨੀਆਂ ਨੂੰ ਵੀ ਨਿਵੇਸ਼ ਕਰੋ। ਤੁਸੀਂ ਨਿਵੇਸ਼ ਕਿੱਥੋਂ ਕਰਨਗੇ? ਉਹਨਾਂ ਨੂੰ ਪਤਾ ਜੇ ਡਿਮਾਂਡ ਨਹੀਂ ਤਾਂ ਨਿਵੇਸ਼ ਕਿੱਥੋਂ ਕਰਨਾ? ਡਿਮਾਂਡ ਪੈਦਾ ਨਹੀਂ ਹੋਣ ਦਿੰਦੇ, ਹਾਲਾਂਕਿ ਭਾਰਤ ਅਜਿਹਾ ਦੇਸ਼ ਹੈ ਜਿਹੜੀ ਚੀਜ਼ ਮਰਜ਼ੀ ਚੱਕ ਲਓ ਹਰੇਕ ਚੀਜ਼ ਦੀ ਡਿਮਾਂਡ ਹੈ। ਸਾਂਭ ਇਹਨਾਂ ਨੇ ਲਈ, ਵੱਡੇ ਵੱਡੇ ਜਿਹੜੇ ਨੇ
ਵਾਲਮਾਰਟ ਵਾਲਮਾਰਟ ਵਰਗੇ ਉਹਦੇ ਮੁਕਾਬਲੇ ਦੇ ਸੋਰ ਆਪ ਖੋਲ੍ਹ ਲਏ। ਵਾਲਮਾਰਟਾਂ ਦੇ ਪੈਰ ਨਹੀਂ ਲੱਗਣ ਦੇ ਰਹੇ, ਬਾਹਰੀਆਂ ਕੰਪਨੀਆਂ ਦੇ ਪੈਰ ਨਹੀਂ ਲੱਗਣ ਦੇ ਰਹੇ ਸਾਰੇ ਭਾਰਤ ਵਿੱਚ। ਕਿਸੇ ਨੂੰ ਗਰੋ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ। ਤੁਹਾਨੂੰ ਪਤਾ ਨਾ ਕਿ ਸੁਖਬੀਰ ਸਿੰਘ ਬਾਦਲ ਦਾ ਇਹੀ ਕੰਮ ਹੁੰਦਾ ਸੀ। ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਉਹਨਾਂ ਦੇ ਬਾਰੇ ਸੁਣਿਆ ਕਿ ਜਿੱਧਰ ਨੂੰ ਵੀ ਜਾਂਦੇ ਸੀ, ਜੇ ਉਹਨਾਂ ਨੂੰ ਦੇਖਿਆ ਇੱਕ ਵਧੀਆ ਰੈਸਟੋਰੈਂਟ ਹੈ, ਰੁਕੇ, ਪਰੌਂਠਾ ਖਾ ਲਿਆ, ਚਾਹ ਪਾਣੀ ਪੀ ਲਈ, ਲੱਗਿਆ ਕਿ ਤਾਂ ਹੈ ਹੀ ਬਹੁਤ ਵਧੀਆ ਬਿਜ਼ਨਸ ਹੈ, ਇਹ ਮਾਲਕ ਤੱਕ ਪਹੁੰਚ ਕਰ ਲੈਂਦੇ ਸੀ ਭਾਈ, ਜਾਂ ਤਾਂ ਹਿੱਸਾ ਪਾ ਲਾ, ਨਹੀਂ ਤਾਂ ਬਾਹਰ ਹੋ ਜਾ, ਬੋਲ ਕਿੰਨੇ ਪੈਸੇ ਲੈਣੇ, ਨਹੀਂ ਹੋਏਗਾ ਬਰਾਬਰ ਝੰਡਾ ਕੱਢ ਦਾਂਗੇ। ਇਹ ਸੁਣਨ 'ਚ ਆਇਆ, ਮੈਨੂੰ ਨਹੀਂ ਪਤਾ ਸੱਚ ਆ ਜਾਂ ਝੂਠਾ। ਆਹੀ ਅੰਬਾਨੀ ਅੰਡਾਨੀ ਕਰਦੇ ਨੇ, ਕਿਸੇ ਦੇ ਪੈਰ ਨਹੀਂ ਲੱਗਣ ਦੇ ਰਹੇ। 6 ਕਰੋੜ ਕਿਸਾਨਾਂ ਦੇ ਲਈ ਸਪੈਸ਼ਲ ਰਜਿਸਟਰੀ ਕਰਕੇ ਕ੍ਰੈਡਿਟ ਕਾਰਡ ਦੇਣ ਦਾ ਭਰੋਸਾ ਜਿਹੜਾ ਇਹ ਬਜਟ ਦੇ ਵਿੱਚ ਦੱਸਿਆ ਗਿਆ। ਸਸਤੇ ਇੰਟਰਸਟ ਰੇਟਾਂ ਦੇ ਉੱਤੇ, ਉਹ ਕ੍ਰੈਡਿਟ ਕਾਰਡ ਕਿਹੜੀਆਂ ਕੰਪਨੀਆਂ ਦੇ ਨੇ? ਇਹਨਾਂ ਅੰਬਾਨੀਆਂ ਅਡਾਨੀਆਂ ਦੇ, ਇਹਨਾਂ ਦੇ ਬੈਂਕਾਂ ਦੇ। ਠੀਕ ਹੈ, ਤੁਹਾਨੂੰ ਘੱਟ ਇੰਟਰਸਟ ਰੇਟਾਂ ਦੇ ਉੱਤੇ ਕ੍ਰੈਡਿਟ ਕਾਰਡ ਮਿਲਣਗੇ। ਤੁਹਾਡੇ ਕੋਲ ਜ਼ਮੀਨ ਦੇ ਤਾਂ 2-2 ਕਿੱਲੇ ਨੇ, ਕਿਹੜੀ ਜੀ ਮਸ਼ੀਨਰੀ ਲੈ ਲਉਂਗੇ ਉਹ ਕ੍ਰੈਡਿਟ ਕਾਰਡਾਂ ਦੇ ਉੱਤੇ? ਕਿੰਨਾ ਕੁ ਕਰਜ਼ਾ ਚੱਕ ਕੇ ਕਿੰਨੀ ਕੁ ਤਰੱਕੀ ਕਰ ਲਉਂਗੇ? ਤੁਹਾਨੂੰ ਕਰਜ਼ਾਈ ਕਰਕੇ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲ ਖੋਲ੍ਹੀਆਂ ਜਾਣੀਆਂ ਨੇ। ਹੋਰ ਬਹੁਤ ਕੁਛ ਹੈ, ਕਿਸਾਨਾਂ ਨੂੰ ਮੁੜ ਮੁੜ ਕੇ ਕਰਜ਼ਾਈ ਹੋਣ ਦੇ ਲਈ ਮਜਬੂਰ ਕੀਤਾ ਜਾਊਗਾ। ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਭੱਜਣ ਦੀ ਗਰੰਟੀ ਦਿੱਤੀ ਜਾਊਗੀ, ਕਿਉਂਕਿ ਜਦ ਤੁਹਾਡੀ ਲੋੜ ਹੀ ਨਹੀਂ ਪੈਣੀ। ਸੜਕਾਂ ਬਣਾਈਆਂ ਜਾਣਗੀਆਂ, ਹਾਈਵੇ ਬਣਾਏ ਜਾ ਰਹੇ ਨੇ ਵੱਡੇ ਵੱਡੇ। ਨਿਤਿਨ ਗਡਕਰੀ ਜੀ ਉਹ ਨਹੀਂ ਕਹਿੰਦੇ ਮੈਂ ਪੰਜਾਬ ਨੂੰ ਬੜਾ ਕੁਛ ਦੇ ਦਿੱਤਾ? ਕਿੰਨੇ ਵੱਡੇ ਹਾਈਵੇ ਬਣਾ ਤੇ, ਇਸੇ ਤਰ੍ਹਾਂ ਬਿਹਾਰ ਨੂੰ ਦਿੱਤਾ, ਜਿਹੜੇ ਹਾਈਵੇ ਵੱਡੇ ਪ੍ਰੋਜੈਕਟ ਨੇ, ਕਹਿੰਦੇ ਇਹ ਤਰੱਕੀ ਹੋਊਗੀ। ਉਹ ਹਾਈਵਿਆਂ ਦੇ ਉੱਤੇ ਕੌਣ ਗੱਡੀ ਚਲਾਊਗਾ? ਪਹਿਲਾਂ ਤਾਂ ਤੁਸੀਂ ਕਰਜ਼ਾ ਦੇ ਕੇ ਨਵੀਂ ਕਾਰ ਲਾਓਗੇ, ਭਜਾਉਣ ਦੀਆਂ ਕੋਸ਼ਿਸ਼ਾਂ ਕਰੋਗੇ ਉਹਨੂੰ, ਫਿਰ ਟੋਲ ਵੀ ਦਊਂਗੇ, ਗੈਸ ਵੀ ਪਾਉਣੀ ਆ, ਪੈਟਰੋਲ ਵੀ ਪਾਉਣਾ, ਉਹ ਕਿਹਦਾ ਹੈ? ਅੰਬਾਨੀਆਂ ਅਡਾਨੀਆਂ ਦਾ। ਹਾਈਵੇ ਦਾ ਫਾਇਦਾ ਅੰਬਾਨੀਆਂ ਅਡਾਨੀਆਂ ਨੂੰ, ਬਿਜ਼ਨਸ ਉਹਨਾਂ ਦਾ, ਤੁਹਾਨੂੰ ਕੀ ਫਾਇਦਾ ਹੋਇਆ? ਅੰਬਾਨੀਆਂ ਅਡਾਨੀਆਂ ਨੇ ਹਾਈਵੇ ਦੇ ਉੱਤੇ ਆਲੇ ਦੁਆਲੇ ਆਪਣੇ ਸੋਲੋ ਪ੍ਰੋਜੈਕਟ ਲਾਉਣੇ ਨੇ, ਵੱਡੇ ਵੱਡੇ ਸਟੋਰੇਜ ਬਣਾਉਣੇ ਨੇ, ਤੁਹਾਡੀਆਂ ਫਸਲਾਂ। ਹੁਣ ਤੁਹਾਨੂੰ ਨਵੀਂ ਇੱਕ ਗੱਲ ਦੱਸੀ ਜਾਣੀ ਹੈ, ਤੁਹਾਡੇ ਵਿੱਚੋਂ ਹੀ ਅਜਿਹੀਆਂ ਸੰਸਥਾਵਾਂ ਪੈਦਾ ਕੀਤੀਆਂ ਜਾਣਗੀਆਂ ਜਿਹੜੀਆਂ ਕਿ ਤੁਹਾਨੂੰ ਔਰਗੈਨਿਕ ਫਸਲਾਂ ਕਰਨ ਦੇ ਲਈ ਪ੍ਰੇਰਿਤ ਕਰਨਗੀਆਂ। ਉਹ ਵੀ ਇਹਨਾਂ ਦੇ ਹੀ ਬੰਦੇ ਨੇ, ਤੁਹਾਨੂੰ ਉੱਦਾਂ ਦਾ ਲਾਲਚ ਦੇ ਕੇ ਔਰਗੈਨਿਕ ਫਸਲਾਂ ਵਾਲੇ ਪਾਸੇ ਧੱਕ ਕੇ ਫਸਲਾਂ ਕੀ ਕਰਨਗੀਆਂ? ਉਹਨਾਂ ਨੂੰ ਰੱਖੋਗੇ ਕਿੱਥੇ, ਕਿਹੜੇ ਸਟੋਰਾਂ 'ਚ ਰੱਖੋਗੇ? ਪੰਗਾ ਤਾਂ ਵੀ ਹੈ, ਲਘੂ ਉਦਯੋਗ, ਛੋਟੇ ਉਦਯੋਗ ਖਤਮ ਕਰਕੇ ਵੱਡੇ ਉਦਯੋਗਪਤੀ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ। ਤੁਹਾਨੂੰ ਦੇਖਣ ਨੂੰ ਬਜਟ ਬਹੁਤ ਵਧੀਆ ਲੱਗ ਰਿਹਾ, ਬਹੁਤ ਸਿਰੇ ਦਾ ਲੱਗ ਰਿਹਾ, ਪਰ ਤੁਹਾਡੇ ਲਈ ਉਹਦੇ 'ਚ ਕੁਛ ਨਹੀਂ ਹੈਗਾ। ਉਹ ਜਿਹੜਾ ਬੈਗ ਜਾ ਕੇ ਚੱਕੀ ਫਿਰਦੀਆਂ ਨਾ ਸੀਤਾਰਮਨ, ਉਹਦੇ ਉੱਤੇ ਸ਼ੇਰ ਵਾਲੀ ਫੋਟੋ ਭਾਰਤ ਸਰਕਾਰ ਦੀ ਆ, ਪਰ ਉਹਦੇ ਅੰਦਰ ਜਿਹੜੀ ਬੱਚਤ ਹੈ
ਉਹ ਤੁਹਾਡੀ ਨਹੀਂ, ਉਹ ਅੰਬਾਨੀਆਂ ਅੰਡਾਨੀਆਂ ਦੀ ਬੱਚਤ ਹੈ। ਰੌਲਾ ਤਾਂ ਇਹ ਹੈ। ਸੋ ਹੁਣ ਦੇਖਣਾ ਇਹੀ ਹੈ ਕਿ ਇਹ ਬਜਟ ਜਿਹੜਾ ਤੁਹਾਨੂੰ ਦੇਖਣ ਨੂੰ ਅਖਬਾਰਾਂ ਵਿੱਚ ਪੜ੍ਹਨ ਨੂੰ ਜਿਹਾ ਜਿਹਾ ਲੱਗਦਾ, ਇਹ ਉਹੋ ਜਿਹਾ ਬਜਟ ਨਹੀਂ ਹੈਗਾ। ਭਾਰਤ ਦਾ ਕੋਈ ਵੀ ਅਖਬਾਰ, ਵੱਡਾ ਵੱਡਾ ਬੁੱਧੀਜੀਵੀ ਅਸਲੀ ਬਜਟ ਦੇ ਬਾਰੇ ਤੁਹਾਨੂੰ ਦੱਸ ਨਹੀਂ ਰਿਹਾ, ਇਹਦੀ ਪਿਛਲੀ ਕਹਾਣੀ ਨਹੀਂ ਦੱਸ ਰਿਹਾ। ਜਿਹੜੇ ਬੰਦੇ ਚੰਗੇ ਬੁੱਧੀਮਾਨ ਜਿਹੜੇ ਨੇ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਰਾਹੀਂ, ਉਹ ਗੱਲ ਤੁਹਾਡੇ ਤੱਕ ਪਹੁੰਚੇ ਨਹੀਂ ਰਹੀ ਜਾਂ ਤੁਹਾਡੇ ਦਿਮਾਗ ਦੇ ਵਿੱਚ ਬੜੇ ਨਹੀਂ ਰਹੇ। ਪੰਗਾ ਤਾਂ ਪਿਆ ਹੋਇਆ ਕਿ ਜੇ ਅਗਰ ਤੁਹਾਡੇ ਇਲਾਕੇ ਦੇ ਵਿੱਚ ਅੰਬਾਨੀ ਅਡਾਨੀ ਉਹਨੇ ਇੱਕ ਬਹੁਤ ਵੱਡਾ ਹੋਸਪਿਟਲ ਲੈ ਕੇ ਆ ਜਾਣ, ਮੈਂ ਮੰਨ ਲਿਆ ਖੰਨੇ ਦੇ ਕੋਲ, ਖੰਨੇ ਦੇ ਨੇੜੇ ਤੇੜੇ ਇੱਕ ਬਹੁਤ ਵੱਡਾ ਹੋਸਪਿਟਲ ਲੈ ਕੇ ਆ ਜਾਓ, ਜਿਹੜਾ ਕਿ ਉਹ ਲੁਧਿਆਣੇ ਡਿਸਟ੍ਰਿਕਟ ਨੂੰ ਕਵਰ ਕਰੂਗਾ, ਪਟਿਆਲੇ ਨੂੰ ਕਵਰ ਕਰੂਗਾ, ਰੋਪੜ ਨੂੰ ਕਵਰ ਕਰੂਗਾ, ਨਾਲ ਦੀ ਨਾਲ ਹੀ ਸੰਗਰੂਰ ਡਿਸਟ੍ਰਿਕਟ ਨੂੰ ਕੰਮ ਕਰੂਗਾ, ਚਾਰ ਸੂਬਿਆਂ ਨੂੰ, ਉਹ ਚਾਰ ਜ਼ਿਲ੍ਹਿਆਂ ਨੂੰ ਉਹ ਕਵਰ ਕਰੂਗਾ। ਪਰ ਉੱਥੇ ਉਹਦੀਆਂ ਦਵਾਈਆਂ ਦੀ ਜਿਹੜੀ ਡਿਸਪੈਂਸਰੀ ਹੈ ਉਹ ਅੰਬਾਨੀਆਂ ਦੀ ਹੈ, ਹੋਸਪਿਟਲ ਅੰਬਾਨੀਆਂ ਦਾ, ਡਾਕਟਰ ਅੰਬਾਨੀਆਂ ਦੇ ਨੇ, ਹਰ ਚੀਜ਼ ਅੰਬਾਨੀਆਂ ਦੀ ਆ, ਫਾਇਦਾ ਅੰਬਾਨੀਆਂ ਨੂੰ। ਤੁਹਾਡੇ ਜਿੰਨੇ ਸਰਕਾਰੀ ਹੋਸਪਿਟਲ ਨੇ ਚਾਰ ਪੰਜ ਜ਼ਿਲ੍ਹਿਆਂ ਦੇ, ਉਹ ਬੰਦ ਕਰਾ ਦੂਗਾ। ਉੱਥੇ ਤੱਕ ਉਹ ਸਰਕਾਰ ਦੀ ਜਾਣ ਦੀ ਹਿੰਮਤ ਨਹੀਂ। ਤੁਸੀਂ ਕਹਿ ਦਿੰਦੇ ਹੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਬੜਾ ਰੌਲਾ ਪਾਉਂਦਾ, ਆਹ ਦੇਖੋ ਜੀ ਮੈਂ ਵਪਾਰੀਆਂ ਦੇ ਨਾਲ ਮੀਟਿੰਗ ਕਰੀ ਆ ਲੁਧਿਆਣੇ ਦੇ ਵਿੱਚ ਬੁਲਾ ਕੇ, ਆ ਟਾਟਾ ਵਾਲੇ ਐਡਾ ਵੱਡਾ ਬਿਜ਼ਨਸ ਲੈ ਕੇ ਆਉਣਗੇ, ਰੁਜ਼ਗਾਰ ਵਧੂਗਾ। ਰੁਜ਼ਗਾਰ ਖਤਮ ਹੋਊਗਾ ਜੇ ਗੱਲ ਚੱਕਣੀ ਹੈ, ਜੇ ਤੁਸੀਂ ਲੋਕਾਂ ਨੂੰ ਰੁਜ਼ਗਾਰ ਦੇਣਾ, ਜੇ ਲੋਕਾਂ ਦੀਆਂ ਜੇਬਾਂ 'ਚ ਪੈਸਾ ਪਾਉਣਾ ਤਾਂ ਤੁਹਾਨੂੰ ਛੋਟੇ ਉਦਯੋਗ ਪੈਦਾ ਕਰਨੇ ਪੈਣਗੇ। ਛੋਟੇ ਛੋਟੇ ਉਦਯੋਗਾਂ ਨੂੰ ਤਰਜੀਹ ਦੇਣੀ ਪਊਗੀ। ਮੁਹੱਲਾ ਕਲੀਨਿਕ ਕੀ ਨੇ, ਇਹ ਵੱਡੇ ਵੱਡੇ ਹੋਸਪਿਟਲਾਂ ਨੂੰ ਫੇਲ ਕਰ ਰਹੇ ਨੇ। ਅਗਰ ਮੁਹੱਲਾ ਕਲੀਨਿਕ ਸ਼ੁਰੂ ਹੋ ਜਾਂਦੇ ਨੇ ਸਰਕਾਰੀ ਪੱਧਰ ਦੇ ਉੱਤੇ, ਸਰਕਾਰ ਦੀ ਤਰਜੀਹ ਦੇ ਉੱਤੇ, ਉਹ ਵੱਡੇ ਵੱਡੇ ਹੋਸਪਿਟਲਾਂ ਦਾ ਨੁਕਸਾਨ ਕਰਦੇ ਨੇ। ਜੇ ਤੂੰ ਇਹ ਪ੍ਰਾਈਵੇਟ ਅਦਾਰੇ ਡਰਦੇ ਨੇ, ਉਹਨਾਂ ਨੂੰ ਸਹੀ ਦਵਾਈਆਂ ਤੱਕ ਉਹਨਾਂ ਤੱਕ ਨਹੀਂ ਜਾਣ ਦਿੰਦੇ, ਉਸਦੇ ਮੁਕਾਬਲੇ ਵੱਡੇ ਆਪਣੇ ਹੋਸਪਿਟਲ ਖੋਲ੍ਹਦੇ ਨੇ। ਸੋ ਇਹ ਸਾਰੀਆਂ ਗੱਲਾਂ ਨੇ, ਸਮਝਣ ਦੀ ਜ਼ਰੂਰਤ ਹੈ, ਲੋਕਾਂ ਨੂੰ ਸਮਝ 'ਚ ਲੈਣ ਦੀ ਜ਼ਰੂਰਤ ਹੈ। ਪਤਾ ਨਹੀਂ ਲੋਕ ਸਮਝਣਗੇ ਜਾਂ ਨਹੀਂ, ਇਹ ਤਾਂ ਜਾਣਨ। ਪਰ ਮੈਂ ਹੁਣ ਇੱਥੇ ਹੀ ਇੱਕ ਬ੍ਰੇਕ ਲਊਂਗਾ, ਬ੍ਰੇਕ ਤੋਂ ਮਗਰੋਂ ਫਿਰ ਆਪਾਂ ਆਉਂਦੇ ਹਾਂ ਤੁਹਾਡੀਆਂ ਕਾਲਾਂ ਦੇ ਨਾਲ, ਤੁਸੀਂ ਕਾਲ ਕਰ ਸਕਦੇ ਹੋ ਛੋਟੀ ਜਿਹੀ ਬ੍ਰੇਕ ਤੋਂ ਮਗਰੋਂ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਫਾਰ ਐਡਵਰਟਾਈਜ਼ਿੰਗ ਇਨਕੁਆਇਰੀ ਕੰਟੈਕਟ ਦਰਸ਼ਨ।